ਭਾਰਤੀ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ 2024 ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੈ ਅਤੇ ਸੁਪਰ 8 ਮੈਚ ਵਿੱਚ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਰੋਹਿਤ ਸ਼ਰਮਾ ਦੀ ਤੂਫਾਨੀ ਪਾਰੀ ਦੇ ਦਮ 'ਤੇ ਭਾਰਤ ਨੇ ਪੂਰਾ ਓਵਰ ਖੇਡਣ ਤੋਂ ਬਾਅਦ 5 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 181 ਦੌੜਾਂ ਹੀ ਬਣਾਈਆਂ। ਇਸ ਤੋਂ ਇਲਾਵਾ ਇਸ ਹਾਰ ਨਾਲ ਆਸਟ੍ਰੇਲੀਆ ਦਾ ਸੈਮੀਫਾਈਨਲ 'ਚ ਜਾਣਾ ਮੁਸ਼ਕਲ ਹੋ ਗਿਆ ਹੈ। ਭਾਰਤ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਅਫਗਾਨਿਸਤਾਨ ਤੋਂ ਹਰਾ ਕੇ ਵੱਡਾ ਹੰਗਾਮਾ ਕੀਤਾ ਸੀ। ਹੁਣ ਅਫਗਾਨਿਸਤਾਨ ਨੂੰ ਬੰਗਲਾਦੇਸ਼ ਦੇ ਖਿਲਾਫ਼ ਮੈਚ ਖੇਡਣਾ ਹੈ ਅਤੇ ਜੇਕਰ ਅਫਗਾਨਿਸਤਾਨ ਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਆਸਟ੍ਰੇਲੀਆਈ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ। 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਝਟਕਾ ਲੱਗਾ। ਅਰਸ਼ਦੀਪ ਸਿੰਘ ਨੇ ਡੈਵਿਡ ਵਾਰਨਰ ਨੂੰ ਸਲਿੱਪ ਵਿੱਚ ਸੂਰਿਆ ਕੁਮਾਰ ਯਾਦਵ ਦੇ ਹੱਥਾਂ ਵਿੱਚ ਕੈਚ ਕਰਵਾਇਆ। ਦੂਜੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਹਾਲਾਂਕਿ ਆਪਣਾ ਪੈਂਤੜਾ ਬਰਕਰਾਰ ਰੱਖਿਆ ਅਤੇ ਤੂਫਾਨੀ ਢੰਗ ਨਾਲ ਦੌੜਾਂ ਬਣਾਈਆਂ। ਕਪਤਾਨ ਮਿਸ਼ੇਲ ਮਾਰਸ਼ ਵੀ ਤੇਜ਼ੀ ਨਾਲ ਦੌੜਾਂ ਬਣਾ ਰਹੇ ਸਨ। ਹਾਲਾਂਕਿ ਮਾਰਸ਼ ਨੂੰ ਕੁਲਦੀਪ ਯਾਦਵ ਨੇ ਆਊਟ ਕੀਤਾ। 9ਵੇਂ ਓਵਰ ਦੀ ਆਖਰੀ ਗੇਂਦ 'ਤੇ ਮਾਰਸ਼ ਨੇ ਕੁਲਦੀਪ ਦੀ ਗੇਂਦ ਨੂੰ ਪੁੱਲ ਕੀਤਾ ਅਤੇ ਡੀਪ ਸਕਵੇਅਰ ਲੈਗ 'ਤੇ ਅਕਸਰ ਪਟੇਲ ਨੇ ਸ਼ਾਨਦਾਰ ਕੈਚ ਲਿਆ। ਹਾਲਾਂਕਿ ਹੈੱਡ ਨੇ ਮਾਰਸ਼ ਦੇ ਜਾਣ ਤੋਂ ਬਾਅਦ ਵੀ ਦੌੜਾਂ ਬਣਾਈਆਂ। ਉਸਨੂੰ ਫਿਰ ਗਲੈਨ ਮੈਕਸਵੈਲ ਦਾ ਸਮਰਥਨ ਮਿਲਿਆ। ਮੈਕਸਵੈਲ ਨੇ ਕੁਝ ਚੰਗੇ ਸ਼ੋਟ ਲਗਾਏ। ਕੁਲਦੀਪ ਯਾਦਵ ਦੀ ਸਪਿਨ ਨੇ ਉਸਦੀ ਤੂਫਾਨੀ ਪਾਰੀ ਦਾ ਅੰਤ ਕਰ ਦਿੱਤਾ। ਮੈਕਸਵੈਲ ਨੇ 12 ਗੇਂਦਾਂ ਵਿੱਚ 19 ਦੌੜਾਂ ਬਣਾਈਆਂ। ਆਪਣੀ ਪਾਰੀ ਵਿੱਚ ਮੈਕਸਵੈਲ ਨੇ 2 ਚੌਕੇ ਅਤੇ 1 ਛੱਕਾ ਲਗਾਇਆ। ਇੱਥੋਂ ਤੱਕ ਕਿ ਸਟੋਇਨਸ ਵੀ ਚਮਤਕਾਰ ਨਹੀਂ ਕਰ ਸਕਿਆ। ਹਾਰਦਿਕ ਪਾਂਡਿਆ ਨੇ ਅਕਸਰ ਪਟੇਲ ਦੀ ਗੇਂਦ 'ਤੇ ਕੈਚ ਕੀਤਾ।